वाहेगुरु जी का खालसा वाहेगुरु जी की फतेह। धन्यवाद आ धन धन गुरु रामदास पातशाह जी का, धन्यवाद आ धन धन साहब श्री गुरु ग्रंथ साहिब महाराज जी का और उन्हां दा श्रोमणी अकाली दल दे समुचे सीनियर आगू ते श्रोमणी अकाली दल दे प्रधान सरदार सुखबीर सिंह बादल और समुचा हाउस श्रोमणी गुरद्वारा प्रबंधक कमेटी का, जिन्हां ने मेरे ते भरोसा प्रगट किया। तो मैं यतन भी करूँगा कि इन्हां दा भरोसा जिहड़ा आ इस भरोसे के उत्ते पूरा भी उतरा, क्योंकि जिहड़ा आउंदा समा आ वो समा जिहड़ा उहदे विच चुनौतियां भी बहुत आ। चुनौतियां इस करके कि आउंदा समा बड़ा जिहड़ा वो इलैक्शन आ जाणियां, ते अज मैं देखदा चाहे केंद्र की सरकार आ चाहे पंजाब की सरकार आ जिहड़ा वोटां दा हुण बनाउण दा प्रोसैस शुरू किया गया सी, इस प्रोसैस दे विच सरकारी दखलअंदाजी वड्डे पद्धर ते हो रही है और इहदे पिछे एक मंतव लुकिया आ। वह मंतव आ कि सिख पंजाब दे विच वोटां घट जे रजिस्ट्रेशन होगी तो कहणगे जी पंजाब दे सिख तां चाहे छड विदेशां नूं चल गया तो चाहे शायद कन्वर्जन हो गए। सो इहदे पिछे एक बड़ा लुकमा एजेंडा आ उहदे बारे भी, क्योंकि जनरल चोणां आउणियां ते जनरल चोणां दे विच जे वोटां बणियां होण तां ही उह जिहड़े आ कार्ज चलदे आ। एक सब तों वड्डा जिहड़ा मुद्दा अज साडे कोल आ उह आ श्रोमणी गुरद्वारा प्रबंधक कमेटी दे मोहरे एक वड्डी जिहड़ी गल आ ਉਹ ਆ ਬੰਦੀ ਸਿੰਘਾਂ ਦੀ ਰਿਹਾਈ। ਅਸੀਂ ਸਿਰ ਤੋੜ ਯਤਨ ਵੀ ਕੀਤੇ ਸੀ, ਫਿਰ ਸਾਡੇ 'ਤੇ ਕੁਛ ਉਂਗਲਾਂ ਵੀ ਉੱਠੀਆਂ, ਪਹਿਲਾਂ ਵੀ ਅਸੀਂ ਇਕੱਠੇ ਹੋਏ, ਪਰ ਮੈਂ ਸਪਸ਼ਟ ਕਰਦਾ ਅੱਜ ਹਾਊਸ 'ਚ ਵੀ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਰਿਹਾਈ ਲਈ ਉਹਨਾਂ ਦੀਆਂ ਸਜ਼ਾਵਾਂ ਘਟਾਉਣ ਲਈ ਵਚਨਬੱਧ ਆ ਔਰ ਉਹ ਵਚਨਬੱਧਤਾ ਅੱਜ ਵੀ ਦੁਹਰਾਈ ਆ। ਇਹ ਤੋਂ ਇਲਾਵਾ ਸਾਡੇ ਕੁਛ ਜਿਹੜੇ ਬਹੁਤ ਸਤਿਕਾਰਯੋਗ ਹਾਸੀਆਂ ਸਾਡੇ ਵਿੱਚੋਂ ਵਿਛੜ ਗਏ ਸੀ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਜਿਨ੍ਹਾਂ ਨੇ ਲੰਬਾ ਅਰਸਾ 70 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕੀਤੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹ ਸਾਡੇ ਵਿੱਚੋਂ ਵਿਛੜ ਗਏ, ਗੁਰੂ ਚਰਨਾਂ ਵਿੱਚ ਜਾ ਬਰਾਜੇ। ਸਾਡੇ ਕੁਛ ਮੈਂਬਰ ਸਾਹਿਬਾਨ ਸਤਿਕਾਰਯੋਗ ਕੁਛ ਵਿਦਵਾਨ ਜਿਹੜੇ ਸੱਜਣ ਆ ਉਹ ਸਾਡੇ 'ਚੋਂ ਚਲੇ ਗਏ, ਉਹਨਾਂ ਨੂੰ ਵੀ ਅੱਜ ਜਨਰਲ ਹਾਊਸ ਦੇ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਦੂਸਰਾ ਜਿਹੜਾ ਬੰਦੀ ਸਿੰਘਾਂ ਦਾ ਇੱਕ ਅਹਿਮ ਮਤਾ ਜਿਹੜਾ ਆ, ਕਿਉਂਕਿ ਕੱਲ੍ਹ ਇੱਕ ਭਾਈ ਰਾਜੋਆਣੇ ਸਾਹਿਬ ਵੱਲੋਂ ਇੱਕ ਚਿੱਠੀ ਆਈ ਸੀ ਜਿਹੜੀ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ, ਉਹ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਉਹਨਾਂ ਨੂੰ ਆਈ ਸੀ। ਉਹਨਾਂ ਨੇ ਸਾਨੂੰ ਆਦੇਸ਼ ਵੀ ਕੀਤਾ ਸੀਗਾ, ਅਤੇ ਕਈ ਵਾਰੀ ਇਹ ਵੀ ਹੁੰਦਾ ਵੀ ਸ਼ਾਇਦ ਆਦੇਸ਼ ਹੀ ਹੋ ਜਾਂਦੇ ਆ, ਕਿਉਂਕਿ ਇੱਕ ਕਾਨੂੰਨੀ ਲੜਾਈ ਲੜਨੀ ਹੁੰਦੀ, ਇੱਕ ਲੜਾਈ ਲੜਨੀ ਹੁੰਦੀ ਡੈਮੋਕ੍ਰੇਟਿਕ ਸਿਸਟਮ ਦੇ ਨਾਲ। ਸੋ ਅਸੀਂ ਉਹ 25 ਲੱਖ ਫਾਰਮ ਵੀ ਪਹਿਲਾਂ ਗਵਰਨਰ ਸਾਹਿਬ ਨੇ ਟਾਈਮ ਦਿੱਤਾ, ਉਸ ਦਿਨ ਵਿੱਚ ਛੁੱਟੀ ਆ ਗਈ, ਉਹ ਕਹਿੰਦੇ ਅੱਗੇ ਆ ਜਿਓ, ਮੁੜ ਫਿਰ ਅਸੀਂ ਗਏ ਵੀ ਇੱਕ ਵਾਰੀ ਕਿਸੇ ਗਏ ਹੋਰ ਕਾਰਜ ਲਈ ਸੀ ਜਿਦਣ ਭਗਵੰਤ ਮਾਨ ਨੇ ਉੱਥੇ ਅਸੈਂਬਲੀ ਦੇ ਵਿੱਚ ਮਤਾ ਪਾ ਦਿੱਤਾ ਸੀ ਸ਼੍ਰੋਮਣੀ ਕਮੇਟੀ ਦੀ ਅਮੈਂਡਮੈਂਟ ਦਾ, ਅਤੇ ਤਦ ਉਹ ਕਹਿੰਦੇ ਸੀ ਵੀ ਤੁਸੀਂ ਇਹ ਮਜ਼ਾ ਕੇ ਫਾਰਮ ਦੇਸ਼ ਦੇ ਹੋਮ ਮਿਨਿਸਟਰ ਨੂੰ ਦਿਓ। ਸੋ ਅਸੀਂ ਹੁਣ ਯਤਨ ਕਰਾਂਗੇ, ਹੋਮ ਮਿਨਿਸਟਰ ਸਾਹਿਬ ਨੂੰ ਵੀ ਮਿਲੇ ਸੀ ਉਦੋਂ ਬਾਅਦ ਵੀ ਵਕਤ ਮੰਗਦੇ ਰਹੇ ਪਰ ਹਾਲੇ ਤੱਕ ਵਕਤ ਮਿਲਿਆ ਨਹੀਂ। ਪਰ ਜੇ ਵਕਤ ਫਿਰ ਨਾ ਮਿਲੇ ਫਿਰ ਢੰਗ ਜੋ ਸਾਡੇ ਡੈਮੋਕ੍ਰੇਟਿਕ ਹੁੰਦੇ ਆ ਉਹ ਢੰਗ ਅਪਣਾਵਾਂਗੇ। ਸੋ ਮੈਂ ਇਸ ਗੱਲ ਦਾ ਵਚਨ ਬੰਧਿਆ ਕਿ ਸਮੁੱਚਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਦੀ ਅਪੀਲ ਦੇ ਉੱਤੇ ਇੱਕ ਥਾਂ ਇਕੱਤਰ ਹੋਵੇ। ਦੂਸਰਾ ਜਿਹੜਾ ਆ ਪਚੀਦਾ ਸਾਡਾ ਮਤਾ ਸੀ ਕਿ ਆਉਂਦਿਆਂ ਸਮੇਂ ਦੇ ਵਿੱਚ ਜਿਹੜੀ ਵੋਟਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਆ ਉਹਦਾ ਬਹੁਤ ਪਚਿੱਦਾ ਜਿਹਾ ਸਿਸਟਮ ਬਣਾ ਦਿੱਤਾ, ਕਈਆਂ ਦੇ BLO ਨਹੀਂ ਲੱਭਦੇ, ਜੇ BLO ਲੱਭਦੇ ਆ ਤਾਂ ਫਿਰ ਕਹਿੰਦੇ ਇੱਕ ਇੱਕ ਬੰਦਾ ਆਵੇ ਚੱਲ ਕੇ
ਜਿਹੜਾ ਕਿ ਕਦੇ ਵੀ ਸੰਭਵ ਨਹੀਂ ਹੋਇਆ। ਮੈਂ ਜੇ ਐਮ ਐਲ ਏ ਦੀਆਂ ਚੋਣਾਂ ਹੋਣ, ਐਮ ਪੀ ਦੀਆਂ ਚੋਣਾਂ ਹੋਣ, ਅਤੇ ਫਿਰ ਉੱਥੇ ਆਪਾਂ ਦੇਖਦੇ ਹਾਂ ਕਿ ਕਿਵੇਂ ਦੋ ਦੋ ਮਹੀਨੇ ਨਹੀਂ ਸਾਲ ਸਾਲ ਲੱਗ ਜਾਂਦਾ। ਸੋ ਇਹਦੇ ਵਿੱਚ ਵੀ ਰਜਿਸਟ੍ਰੇਸ਼ਨ ਆਫ ਵੋਟ ਜਿਹੜੀ ਆ ਉਹਦੇ ਲਈ ਹੋਰ ਸਮਾਂ ਦਿੱਤਾ ਜਾਵੇ, ਅਤੇ ਜਿਹੜੇ ਬੀ ਐਲ ਓ ਆ ਉਹ ਜਾ ਕੇ ਪਿੰਡ ਪਿੰਡ ਦੇ ਵਿੱਚ ਜਾਣ, ਉੱਥੇ ਜਾ ਕੇ ਫਾਰਮ ਸਬਮਿਟ ਕਰਨ। ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਆਪਣੇ ਪਚੀਦਾ ਅੱਜ ਦੇ ਸਮੇਂ ਦੇ ਵਿੱਚ ਅਸੀਂ ਜਨਰਲ ਹਾਊਸ ਦੇ ਵਿੱਚ ਮਤੇ ਪਾਸ ਕੀਤੇ ਆ। ਸੋ ਧੰਨਵਾਦ ਕਰਦਾ ਤੁਹਾਡਾ ਮੀਡੀਆ ਦਾ ਵੀ, ਭਾਵੇਂ ਤੁਸੀਂ ਥੱਲੇ ਬੈਠੇ ਸੀਗੇ, ਕਿਉਂਕਿ ਇਲੈਕਸ਼ਨ ਨੂੰ ਸਮਾਂ ਲੰਮਾ ਲੱਗ ਜਾਂਦਾ। ਸਮੁੱਚੇ ਹਾਊਸ ਦਾ ਦਿਲ ਦੀਆਂ ਡੰਗਿਆਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਗੁਰੂ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਅਹੁਦੇ ਕੰਮ ਵੀ ਕਰਾਉਂਦੇ ਆ, ਜੇ ਅਹੁਦਿਆਂ ਦੇ ਵਿੱਚ ਕੰਮ ਹੀ ਨਾ ਕਰੀਏ ਤਾਂ ਫਿਰ ਅਹੁਦਾ ਲੈਣ ਦਾ ਵੀ ਮੈਂ ਸਮਝਦਾ ਵੀ ਕੋਈ ਉਹਦਾ ਚੱਜ ਨਹੀਂ ਰਹਿੰਦਾ। ਸੋ ਜਿੰਨੇ ਵੀ 15 ਮੈਂਬਰ ਇਹ ਵਿੱਚ ਸਮੇਤ ਮੇਰੇ ਚੁਣੇ ਗਏ ਆ, ਆਉਂਦਾ ਚੁਣੌਤੀਆਂ ਭਰਿਆ ਸਮਾਂ ਆ, ਅਤੇ ਇਹਦੇ ਵਿੱਚ ਗੁਰੂ ਚਰਨਾਂ 'ਚ ਅਰਦਾਸ ਆ, ਸਤਿਗੁਰੂ ਜੀ ਇਹਨਾਂ ਸਾਰਿਆਂ ਨੂੰ ਸੋਝੀ ਬਖਸ਼ਿਸ਼ ਕਰੀ। ਗੁਰਮਤ ਦੀਆਂ ਪੈੜਾਂ 'ਤੇ, ਗੁਰਮਤ ਦੇ ਪ੍ਰਣਾਏ ਜਿਹੜੇ ਸਾਡੇ ਸਿਧਾਂਤ ਆ, ਉਹਨਾਂ ਸਿਧਾਂਤਾਂ ਦੇ ਉੱਤੇ ਸਾਰਾ ਤੁਰ ਸਕੀਏ। ਫਿਰ ਦੁਬਾਰਾ ਤੋਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ, ਮੈਂਬਰ ਸਾਹਿਬਾਨ ਦਾ ਵੀ ਧੰਨਵਾਦ ਕਰਦਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਤੀਜੀ ਵਾਰ ਭਰੋਸਾ ਕਰਕੇ, ਔਰ ਹਾਊਸ ਦਾ ਮੈਂ ਇਸ ਕਰਕੇ ਧੰਨਵਾਦ ਕਰਦਾ ਸਾਰੇ ਮੈਂਬਰ ਸਾਹਿਬਾਨ ਨੇ ਮੈਜੋਰਟੀ ਦੇ ਵਿੱਚ। ਮੇਰਾ ਖਿਆਲ ਸ਼ਾਇਦ ਇਹ ਕੋਈ ਹੋਊਗਾ ਜਿਹਨੇ ਭਰੋਸਾ ਨਾ ਪ੍ਰਗਟ ਕੀਤਾ ਹੋਵੇ, ਉਹ ਇਕੱਲੇ ਇਕੱਲੇ ਦੀ ਰਾਇ ਲਾ ਕੇ ਪ੍ਰਧਾਨ ਸਾਹਿਬ ਨੇ ਇਹ ਜਿਹੜੀ ਕੈਂਡੀਡੇਚਰ ਅਨਾਊਂਸ ਕੀਤੀ ਸੀ, ਜਿਹੜੀ ਅੱਜ ਮੈਨੂੰ ਖੁਸ਼ੀ ਵੀ ਆ ਕਿ ਪਿਛਲੇ ਸਮੇਂ ਦੌਰਾਨ ਕੁਛ ਇਵੇਂ ਦਾ ਮਹਿਸੂਸ ਹੁੰਦਾ ਸੀ ਵੀ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿੰਡ ਪੁੰਡ ਗਈ ਆ, ਪਰ ਅੱਜ ਜਿੱਦਾਂ ਇੱਕ ਸੁਰਤਾ ਦਾ ਸਰੂਪ ਦਿੱਤਾ, ਜਿਹੜੇ ਦੋ ਵੋਟਾਂ ਜਿਹੜੀਆਂ ਇਨਵੈਲਿਡ ਵੀ ਹੋਈਆਂ, ਉਹ ਦੋ ਵੋਟਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਾਲੀਆਂ ਸੀ। ਅਤੇ ਉਦੋਂ ਇਲਾਵਾ ਤਿੰਨ ਸਾਡੇ ਮੈਂਬਰ ਆ ਨਹੀਂ ਸਕੇ, ਉਹਨੇ ਲਿਖ ਕੇ ਭੇਜੀ ਸੀ ਪ੍ਰਪੋਜ਼ਲ, ਪਰ ਉਹ ਫਿਰ ਅਸੀਂ ਚਾਹੁੰਦੇ ਨਾ ਸੀ ਵੀ ਉਹਦੇ ਵਿੱਚ ਕੋਈ ਅੜਚਣ ਆਵੇ, ਉਹ ਵੀ ਸਾਡੇ ਨਾਲ ਸੀ। ਸੋ ਤਾਦਾਦ ਜਿਹੜੀ ਆ ਉਹ ਅੱਗੇ ਵੀ ਇੰਨੀ ਸੀ ਅਤੇ ਉਹ ਵਧੀ ਆ, ਪਰ ਉਹ ਕਈ ਵਾਰੀ ਕਾਰਨ ਵਿੱਚ ਆ ਜਾਂਦੇ ਆ। ਸੋ ਮੈਂ ਸਾਰੇ ਹਾਊਸ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ। ਸਾਡੀਆਂ 14 ਨਹੀਂ ਵਧੀਆਂ, 3 ਵੋਟਾਂ ਸਾਡੀਆਂ ਜਿਹੜੀ ਲਿਖ ਕੇ ਆਈਆਂ ਉਹ ਵਿਚਾਰੇ ਪ੍ਰੈਜ਼ੀਡੈਂਟ ਹੋ ਗਿਆ, ਉਹ ਵੀ 3 ਵੋਟਾਂ ਸਾਡੀਆਂ। ਦੋ ਵੋਟਾਂ ਇਹ ਇੰਡੀਕੇਸ਼ਨ ਆ ਕਿ ਪੰਜਾਬ ਦੇ ਲੋਕ ਜਾਂ ਸਮੁੱਚਾ ਸਿੱਖ ਭਾਈਚਾਰਾ ਅਤੇ ਮੈਂਬਰ ਸਾਹਿਬਾਨ ਉਹਨਾਂ ਦਾ ਅੱਜ ਵੀ ਭਰੋਸਾ ਸ਼੍ਰੋਮਣੀ ਅਕਾਲੀ ਦਲ 'ਤੇ ਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆ। ਇਹ ਅੱਜ ਭਰੋਸਾ ਜਿਹੜਾ ਉਹ ਸਾਫ ਸਾਫ ਜਿਹੜਾ ਆ ਉਹ ਕਲੀਅਰ ਹੋ ਗਿਆ। ਪ੍ਰਧਾਨ ਸਾਹਿਬ ਇਹ ਗੱਲ ਦੱਸੋ ਕਿ ਤੁਸੀਂ ਹੋਮ ਮਿਨਿਸਟਰ ਨੂੰ ਵੀ ਮਿਲੇ ਹੋ, ਤੁਸੀਂ ਇਹਨਾਂ ਨੂੰ ਚਿੱਠੀਆਂ ਵੀ ਪਾਈਆਂ, ਤੁਸੀਂ ਬੇਨਤੀਆਂ ਵੀ ਕੀਤੀਆਂ ਬੰਦੀ ਸਿੱਖਾਂ ਦੀ ਰਿਹਾਈ ਲਈ, ਕੀ ਬੀ ਜੇ ਪੀ ਇਜ਼ ਨੋਟ ਸਿੰਸੀਅਰ ਟੂ ਸੋਲਵ ਦਾ ਪ੍ਰੋਬਲਮ ਆਫ ਦਾ ਐਸ ਜੀ ਪੀ ਸੀ ਐਂਡ ਦਾ ਸਿੱਖ ਅਫੇਅਰ? ਇਹ ਤੁਹਾਡੇ ਸਵਾਲ ਦਾ ਜਵਾਬ ਤੁਸੀਂ ਆਪ ਹੀ ਦੇ ਦਿੱਤਾ। ਨਹੀਂ ਨਹੀਂ ਤੁਸੀਂ ਦੱਸੋ ਨਾ ਕਿ ਇਫ ਬੀ ਜੇ ਪੀ ਇਜ਼ ਨੋਟ ਸਿੰਸੀਅਰ ਟੂ ਸੋਲਵ ਦੀ ਪ੍ਰੋਬਲਮ ਆਫ ਦਾ ਸਿੱਖ। ਦੇਖੋ ਇਹ ਬੀ ਜੇ ਪੀ ਨੇ 2019 ਦੇ ਵਿੱਚ ਆਪ ਕੀਤਾ ਸੀ ਫੈਸਲਾ, ਇਹ ਸਾਹਿਬਾਂ ਦੇ ਪੁਰਬ 'ਤੇ ਕੀਤਾ ਸੀ। ਹਾਂਜੀ, ਅਤੇ ਜੇ ਸਾਹਿਬਾਂ ਦੇ ਪੁਰਬ 'ਤੇ ਹੋਇਆ ਅਤੇ ਉਹਦੇ ਉੱਤੇ ਪੂਰਾ ਵੀ ਉਤਰਨਾ ਚਾਹੀਦਾ ਸੀ। ਅਸੀਂ ਤਾਂ ਹੁਣ ਉਹਨਾਂ ਦੇ ਵਾਅਦੇ ਕੀਤੇ ਨੂੰ ਉਹਨਾਂ ਨੂੰ ਜਾਗਾ ਰਹੇ ਵੀ ਤੁਸੀਂ ਆਹ ਵਾਅਦਾ ਕੀਤਾ ਸੀ ਅਤੇ ਇਹਨੂੰ ਪੂਰਾ ਵੀ ਕਰੋ, ਅਤੇ ਨਹੀਂ ਟਾਈਮ ਦੇਣਗੇ ਫਿਰ ਜਿੱਦਾਂ ਜਾਂਦੇ ਹੁੰਦੇ ਖਾਲਸੇ ਉੱਦਾਂ ਜਾਂ। ਨਹੀਂ, ਸਿੰਸੈਰਿਟੀ ਨਹੀਂ ਹੈਗੀ ਉਹਨਾਂ 'ਚ। ਸੋਸਾਇਟੀ ਦਾ ਤੁਸੀਂ ਆਪਣੇ ਆਪ ਤੁਹਾਨੂੰ ਦੀਦੀ, ਫਿਰ ਤੋਂ ਬਾਅਦ ਤੁਸੀਂ ਪੱਤਰਕਾਰੀ ਦੀ ਮਹਾਰਤ ਰੱਖਦੇ ਆ। ਪਿਛਲੀ ਵਾਰੀ 42 ਮਿਲੀਆਂ ਸੀ, ਆਰ ਕੇ 17 ਰਹਿ ਗਿਆ, 25 ਵੋਟਾਂ ਤੁਹਾਡੇ ਵੱਲ ਵਧ ਗਈਆਂ, ਕਿਸੇ ਨੂੰ ਸਮਝ ਨਹੀਂ ਲੱਗੀ ਬਣਿਆ ਕਿ ਉਹਨਾਂ ਦਾ। ਦੇਖੋ ਸਮੇਂ ਦੀਆਂ ਕਈ ਵਾਰੀ ਪਰਿਸਥਿਤੀਆਂ ਹੁੰਦੀਆਂ, ਉਹ ਸਮੇਂ ਦੀਆਂ ਪਰਿਸਥਿਤੀਆਂ ਨੇ ਅੱਜ ਪ੍ਰੂਵ ਕਰ ਦਿੱਤਾ ਕਿ ਇਹ ਹਾਊਸ ਦੇ ਮੈਂਬਰ ਸਾਹਿਬਾਨ ਜਾਂ ਬਹੁਤਾਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਆ, ਇਹ ਅੱਜ ਪ੍ਰੂਵ ਹੋ ਗਿਆ। ਦੇਖੋ ਜਿਹੜੇ ਅੱਜ ਆਪ ਸਰਕਾਰ ਆ ਉਹ ਰਾਜਨੀਤਿਕ ਤੌਰ 'ਤੇ ਵੀ ਜਿਲ੍ਹੇ ਕੋਈ ਵਿਰੋਧ ਕਰਦੀ ਆ ਸ਼੍ਰੋਮਣੀ ਅਕਾਲੀ ਦਲ ਦਾ ਕਰਦੀ ਆ, ਉਹ ਕਿਸੇ ਹੋਰ ਪਾਰਟੀ ਦੀ ਕੋਈ ਗੱਲ ਨਹੀਂ ਕਰਦੇ, ਅਤੇ ਬੰਦਾ ਉਹਦੀ ਗੱਲ ਕਰਦਾ ਹੁੰਦਾ ਜਿਹਦੇ ਤੋਂ ਕਿਸੇ ਨੂੰ ਕੋਈ ਖਤਰਾ ਹੋਵੇ। ਸੋ ਸ਼੍ਰੋਮਣੀ ਅਕਾਲੀ ਦਲ ਇੱਕ ਬਾਹਰ ਪਾਰਟੀ ਆ, ਜਿਸ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਸਾਰੇ ਕਾਰਜਾਂ ਵਿੱਚ ਵਧੇਰੇ ਯੋਗਦਾਨ ਵੀ ਪਾਇਆ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਮਾਨਸਿਕਤਾ ਜਿਹੜੀ ਉਹ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੀ ਆ।
ਤੇ ਅੱਜ ਵੀ ਮੈਨੂੰ ਆਸ ਆ ਤੇ ਪੂਰਨ ਭਰੋਸਾ ਵੀ ਆ ਕਿ ਆਉਂਦੀਆਂ ਚੋਣਾਂ ਦੇ ਵਿੱਚ ਵੋਟਾਂ ਜਿਹੜੀਆਂ ਉਹ ਬਣਾ ਦੇਣੀਆਂ ਚਾਹੀਦੀਆਂ ਵੋਟਾਂ ਬਣ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਹੀ ਜਿੱਤੇ। ਬੀਬੀ ਜਗੀਰ ਕੌਰ ਨੇ ਕਿਹਾ ਮਰਿਆਦਾ ਦਾ ਘਾਣ ਹੋ ਰਿਹਾ ਦਰਬਾਰ ਸਾਹਿਬ ਦੇ ਵਿੱਚ ਵੀ पिछले समय दौरान सिंह सभा ना बैठ के मीटिंग की जे एक बंदा परफ्यूम दे विच कोई बेअदबी करनी चाहे तो फिर वह कई बार ऐसा हालात हो सकते हैं। सो ये अतर का साडा शुरू तो ही रहा ही अतर का तो फर्क ही है, स्प्रे होंदा अतर जो लाया जाता ਤੇ ਜੇ ਅਤਰ ਲੱਗ ਗਿਆ ਤਾਂ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ।